वाहेगुरु जी का खालसा, वाहेगुरु जी की फतेह। धन धन बाबा दीप सिंह जी का जो शहीदी दिहाड़ा दा भावना दे नाल जिहड़ा आ 15 नवंबर नूं जिहड़ा मनाया जाएगा। इस वेले असीं गुरद्वारा शहीदगंज साहब खड़े हाँ। तुसीं देख सकते जे शहीदी दिहाड़े नूं लैके जिहड़ी फुल्लां दी सजावट आ किस पद्धर दे उत्ते कीती गई आ। मौके दे उत्ते जो IGPC दे अधिकारी ने जो कह लईए कि शहीदगंज साहब गुरद्वारा साहब दे जो मैनेजर साहब ने उह वी साडे नाल इत्थे मौजूद ने। आपां उन्हां नाल वी गल करांगे कि वाहेगुरु जी का खालसा, वाहेगुरु जी की फतेह। सारी फतेह। मैनेजर साहब की कहना चाहोगे जिहड़ा कल शहीदी दिहाड़ा जिहड़ा मनाया जा रहा किस पद्धर दे उत्ते मनाया जाएगा, किन्नी क श्रद्धालु आने की जिहड़ी आ संभावना है? वाहेगुरु जी का खालसा, वाहेगुरु जी की फतेह। कल 15 तरीक नूं बाबा दीप सिंह दा शहीदी दिहाड़ा संगतां दे सहयोग नाल मनाया जा रहा वा। तो ये जी लखा ही संगत जी इत दर्शन कर आती है, तो उन्होंने वास्ते असी जरा सारा लंगर पानी का भी प्रबंध जरा बहुत व्डे पद्धर से भी किया हुआ वा। संगत वालों लंगर वक् वक् जे तरह के लाइव जा रहे हैं, तो होर भी बड़ा कुछ जिमें फुलों की सजावट होर बहुत कुछ लाइट डेकोरेशन सारा कुछ किया वा। तो संगतान साड़ी ये बेनती है भी जोड़ा सारे परिवार समेत सवेरे आओ तो आन के गुरु महाराज दुशियां प्राप्त करो। वा जिहड़ी फुलां दी सजावट आ किन्ने वड्डे पद्धर ते इत्थे कीती गई आ, गल कर लईए कि किन्ने टन जिहड़े फुल इत्थे लगाए गए? इह मेरे हिसाब नाल कई टन जिहड़े आए आ, घट्टो घट्ट 50-60 बिल्टियां जिहड़ियां इहनां दीआं फुलां दीआं लगियां, सारियां वख वख तरहां दे जिहड़े फुल सारे लगे ने। मतलब बहुत वधिया जिहड़ी डेकोरेशन असीं आपणे लोक कीती है संगतां दे सहयोग नाल, ते बस महाराज सच्चे पातशाह सारिआं नूं चढ़दीआं कला तंदरुस्तीआं बख्शे। ਜਿਹੜੇ ਸਮਾਗਮ ਹੋਣੇ ਆ ਕੀ ਡਿਟੇਲਸ ਨੇ, ਕਿਹੜੇ ਕਿਹੜੇ ਸਮਾਗਮ ਕਿਸ ਕਿਸ ਟਾਈਮ ਤੇ ਹੋਣਗੇ? ਸਵੇਰੇ 8:30 ਵਜੇ ਖੰਡ ਪਾਠ ਸਾਹਿਬ ਦਾ ਭੋਗ ਪੈਗਾ, ਤੇ ਉਸ ਤੋਂ ਬਾਅਦ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਸਿੰਘ ਸਾਹਿਬ ਸ਼ਹੀਦੀ ਪ੍ਰਸੰਗ ਦੀ ਜਿਹੜੀ ਕਥਾ ਕਰਨਗੇ। ਫਿਰ ਆਪਣਾ ਢਾਡੀ ਕਵੀਸ਼ਰੀ ਕਵੀ ਉਹ ਦਰਬਾਰ ਲੱਗੇਗਾ, ਤੇ ਸ਼ਾਮੀ 4 ਵਜੇ ਤੋਂ ਦੇਰ ਰਾਤ ਤੱਕ ਜਿਹੜਾ ਕੀਰਤਨ ਦਰਬਾਰ ਹੋਵੇਗਾ। ਬਿਲਕੁਲ, ਜਿੱਦਾਂ ਤੁਸੀਂ ਦੇਖਿਆ ਮੈਨੇਜਰ ਸਾਹਿਬ ਦਾ ਜੋ ਕਹਿਣਾ ਆ ਕਿ ਕੱਲ੍ਹ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜਿਹੜਾ ਆ ਸਮਾਗਮ ਜਿਹੜਾ ਹੋਏਗਾ, ਉਸ ਤੋਂ ਇਲਾਵਾ ਜਿਹੜਾ ਆ ਫੁੱਲਾਂ ਦੀ ਗੱਲ ਕਰ ਲਈਏ, ਤੇ ਉਹਨਾਂ ਦਾ ਕਹਿਣਾ ਘੱਟੋ ਘੱਟ 50-60 ਬਿਲਟੀਆਂ ਜੋ ਨੇ ਉਹ ਜਿਹੜੀਆਂ ਫੁੱਲਾਂ ਦੀਆਂ ਮੰਗਵਾਈਆਂ ਗਈਆਂ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇੱਕ ਵਾਰੀ ਜਿਹੜਾ ਫੁੱਲਾਂ ਦੀ ਸਜਾਵਟ ਜਿਹੜੀ ਆ ਦਰਬਾਰ ਦੇ ਬਾਹਰ ਦੀ ਤੇ ਉਹ ਦਰਬਾਰ ਦੇ ਅੰਦਰ ਦੀ ਵੀ ਜਿਹੜੀ ਆ ਦਿਖਾਈ ਜਾਵੇ, ਕਿ ਜਿਹੜੀਆਂ ਦੂਰ ਦਰਾਜੇ ਸੰਗਤਾਂ ਬੈਠੀਆਂ ਉਹ ਵੀ ਜਿਹੜਾ ਦਰਸ਼ਨ ਦਿਦਾਰੇ ਕਰ ਸਕਣ। ਜਗਬਾਣੀ TV ਤੇ ਤੁਹਾਡੇ ਨਾਲ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੀਆਂ ਗੁਰਦੁਆਰਾ ਸ਼ਹੀਦਾਂ ਸਾਹਿਬ ਦੀਆਂ। ਤੁਸੀਂ ਦੇਖ ਰਹੇ ਜੇ ਫੁੱਲਾਂ ਦੀ ਸਜਾਵਟ ਜੋ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਉਹ ਤੁਹਾਨੂੰ ਸਾਂਝਾ ਕਰ ਰਹੇ ਹਾਂ, ਤੇ ਸਾਡਾ ਜੋ ਨੇ ਹੈੱਡ ਗ੍ਰੰਥੀ ਸਾਡਾ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ, ਇਹਨਾਂ ਨਾਲ ਗੱਲ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਵਾਹਿਗੁਰੂ ਜੀ, ਜਿਹੜਾ ਕੱਲ੍ਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਕਿਵੇਂ ਵੇਖਦੇ ਜੇ, ਕੀ ਇਤਿਹਾਸ ਹੈ, ਥੋੜ੍ਹਾ ਸੰਗਤਾਂ ਨੂੰ ਜਾਣੂ ਕਰਾਓ ਜੀ। ਸਾਹਿਬ ਦੇ ਪਾਵਨ ਫਰਮਾਨ ਹਨ, ਸੂਰਾ ਸੋ ਪਹਿਚਾਨੀ ਹੈ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ। ਐਸੇ ਸੰਤ ਮਹਾਂਬਲੀ ਯੋਧੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਜਨਮ 14 ਮਾਘ 1682 ਈਸਵੀ ਨੂੰ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜੂਣੀ ਜੀ ਦੇ ਗ੍ਰਹਿ ਵਿਖੇ ਪਿੰਡ ਪਹੁਵਿੰਡ ਜ਼ਿਲ੍ਹਾ ਤਰਨ ਤਾਰਨ ਦੇ ਵਿਖੇ ਹੋਇਆ। 1757 ਦੇ ਵਿੱਚ ਜਦੋਂ ਜਮਾਲ ਖਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਢਹਿ ਢੇਰੀ ਕੀਤੇ ਜਾਣ ਦਾ ਮਨਸੂਬਾ ਤੈਅ ਕੀਤਾ ਗਿਆ ਔਰ ਪਾਵਨ ਸਰੋਵਰ ਨੂੰ ਪੂਰ ਦੇਣ ਦਾ ਤਾਹੀਆ ਕੀਤਾ ਗਿਆ, ਇਸ ਚੀਜ਼ ਦੀ ਖਬਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤਲਵੰਡੀ ਸਾਹਿਬੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਦੋਂ ਪਤਾ ਲੱਗੀ ਤਾਂ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਇਹ ਅਰਦਾਸ ਬੇਨਤੀ ਕੀਤੀ ਕਿ ਜਿੰਨਾ ਸਮੇਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਹੈਦਰੀ ਝੰਡੇ ਨਹੀਂ ਪੁੱਟ ਦਿੰਦਾ ਮੈਂ ਸ਼ਹੀਦੀ ਪ੍ਰਾਪਤ ਨਹੀਂ ਕਰਾਂਗਾ। ਗੁਰੂ ਸਾਹਿਬ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਕਰਕੇ ਕਰੀਬ 500 ਸਿੰਘਾਂ ਦਾ ਜਥਾ ਨਾਲ ਲੈ ਕਰਕੇ ਤਲਵੰਡੀ ਸਾਹਿਬੋਂ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਚਾਲੇ ਪਾਏ
तरन तारण साहब तक पहुंचते हुए करीब 5000 सिंघां दा जत्था इकट्ठा हो गया है। उत्थे बाबा दीप सिंह जी ने अपने 18 सेर के खंडे दे नाल एक लकीर खिंची जिस स्थान पर गुरुद्वारा लकीर साहब से शोभित है और बाबा जी ने अपने नाल दे सूरमियां नूं ये वचन किया है कि जिन्हां नूं अपनी जान प्यारी है अपने परिवार नाल प्यार है अपने घरां दे विच जाना चाहुंदे ने तो घर नूं जा सकदे ने जिन्होंने शीस वारने ने शहीदी देनी है इस लकीर तो इस पासे आ जाओ। बाबा जी के बचन सुनते सार ही 5000 के 5000 सिंह लकीर तो क्रॉस कर गए और गोलवाड़ के मैदान में बाबा दीप सिंह साहब जी का जमाल खान के नाल युद्ध आरंभ होया। टाला साहब वाले स्थान पर बाबा दीप सिंह जी का जहान खान के नाल जंग करते हुए सांझे वार के बाबा दीप सिंह साहब जी का जो पावन शीस है धर तो अलग हो गया और जो जमाल खान है उसका भी शीस बाबा दीप सिंह जी ने अपने खंडे दे नाल ला दिता। बाबा दीप सिंह जी ने अपना जो पावन शीस है अपने खब्बे हाथ की तली उपर रखिया और 18 सिर का खंडा बहुंदे हुए गुरु घर के दुखियों सोधा लाते हुए सचखंड श्री हरिमंदर साहब जी के अपना गुरु रामदास साहब जी के चरणों के अपना पावन शीस भेटा किया और सचखंड श्री हरिमंदर साहब जी ने मुक्त करवाया जी। ये अस्थान गुरद्वारा शहीद गंज साहब बाबा दीप सिंह जी याद बनया हुआ है। इस स्थान उपर बाबा दीप सिंह जी का अंतम संस्कार किया गया और इस स्थान की सेवा श्रोमणी गुरुद्वारा प्रबंधक कमेटी वालों करीब 1924 तो की जा रही है और मौजूदा समय में चल रही है। श्रोमणी गुरुद्वारा प्रबंधक कमेटी वालों संगतों की सहूलतों वास्ते हरेक प्रबंध किया हुआ है। अगर कोई संगत गड्डी मोटरसाइकिल साइकिल दी वास्ते बेसमेंटा के पार्किंग का प्रबंध है। किसी ने जो मन की खुराक है बाणी सरवण करनी है पढ़नी है अमृत वेले तो ही गुरु के कीर्तनिए पावन गुरबाणी का कीर्तन सरवण कराते हैं और जो तन की खुराक है लंगर प्रसाद है 24 घंटे लंगर प्रसादे का प्रबंध है। कहने तो भाव कि श्रोमणी गुरुद्वारा प्रबंधक कमेटी वालों संगतों की सहूलत वास्ते हरेक प्रबंध सुचंजे ढंग नाल किया गया है और 15 नवंबर 31 भाव के कल मंगलवार के दिन बाबा दीप सिंह साहब जी का शहीदी दिहाड़ा पावन स्थाना से मनाया जा रहा जिस संबंध में कल के रोज तो तुरकी बाणी आई तीन सगली चिंत मिटाई दे श्री अखंड पाठ साहब प्रारंभ हो चुके हैं जिन्हों के भोग कल आसा जी के वार के भोग उपरंत पाए जाएंगे और कल दे दिन जो हुक्मनामा सचखंड श्री हरिमंदर साहब तो बख्शिश होगा उसकी कथा सिंह साहब जी करेंगे उपरंत खुले पंडालों में दीवान सजेंगे जिस विच गुरु घर के रागी ढाडी सिंह साहबान होर पंथ प्रसिद्ध शख्सियत गुर इतिहास और बाबा जी जीवनी के नाल गुरु घर दी संगतां नूं जोड़नगे। सो आप जी के चैनल के राही सारिया संगतां तां ये बेनती करते हैं कि इन्हां सारे समागमों के जिथे आप जी ने परिवारों समेत हाजरियां भरनियां उत्थे तन मन धन नाल सेवा करके अपना जीवन सफला करना है। वाहिगुरु जी का खालसा वाहिगुरु जी की फतेह। जे असीं अगर गल कर लईए जिहड़ी फुल्लां दी सजावट होई आ ਕਿਵੇਂ ਵੇਖਦੇ ਜੇ ਕਿੰਨੇ ਵੱਡੇ ਪੱਧਰ ਤੇ ਜਿਹੜੇ ਇੱਥੇ ਫੁੱਲ ਲਏ ਗਏ ਆ ਕਿੱਥੋਂ ਕਿੱਥੋਂ ਮੰਗਾਏ ਗਏ? ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਔਰ ਜਨਮ ਦਿਹਾੜੇ ਦੇ ਸੰਬੰਧਾਂ ਵਿੱਚ ਹਰ ਸਾਲ ਹੀ ਗੁਰੂ ਘਰ ਦੀਆਂ ਸੰਗਤਾਂ ਵੱਲੋਂ ਹੀ ਇਹ ਸੰਗਤਾਂ ਵੱਲੋਂ ਹੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਾਏ ਜਾਂਦੇ ਔਰ ਬੜੀ ਭਾਵਨਾ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਔਰ ਇਸ ਵਾਰ ਵੀ ਕੀਤੀ ਗਈ ਹੈ ਜੀ। ਬਿਲਕੁਲ ਜਿੱਦਾਂ ਤੁਹਾਨੂੰ ਦਿਖਾਇਆ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਸੀ ਉਹਨਾਂ ਤੁਹਾਨੂੰ ਜਾਣੂ ਕਰਾਇਆ। ਦੂਸਰੀ ਤਰਫਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਉੱਧਰ ਦਿਖਾਇਆ ਜੀ ਜਿਹੜੀ ਕੱਲ੍ਹ ਦੀ ਜਿਹੜੀ ਤਿਆਰੀਆਂ ਨੇ ਉਹਨੂੰ ਲੈ ਕੇ ਜਿਹੜਾ ਆ ਸਟੇਜ ਜਿਹੜੀ ਆ ਸਟੇਜ ਦਾ ਕੰਮ ਜਿਹੜਾ ਚੱਲ ਰਿਹਾ ਇੱਥੇ ਹਰ ਪੱਧਰ ਦੇ ਉੱਤੇ ਜਿਹੜਾ ਆ ਗੱਲ ਕਰ ਲਈਏ ਤੇ ਜੋ ਕੱਲ੍ਹ ਦਿਹਾੜੇ ਨੂੰ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਿਹੜਾ ਆ ਸੰਗਤਾਂ ਵੱਲੋਂ ਜਿਹੜਾ ਵਾ ਬਹੁਤ ਹੀ ਖੁਸ਼ੀਆਂ ਦੇ ਨਾਲ ਜਿਹੜੀ ਆ ਗੱਲ ਕਰ ਲਈਏ ਸ਼ਰਧਾ ਭਾਵਨਾ ਦੇ ਨਾਲ ਇਸ ਦਿਹਾੜੇ ਦੀ ਜਿਹੜੀ ਆ ਇਸ ਦਿਹਾੜੇ ਦੇ ਉੱਤੇ ਜਿਹੜੀ ਆ ਸੇਵਾ ਉਹਨਾਂ ਵੱਲੋਂ ਕੀਤੀ ਜਾ ਰਹੀ ਆ। ਸ਼ਹੀਦੀ ਦਿਹਾੜੇ ਤੁਸੀਂ ਦੇਖ ਰਹੇ ਜੇ ਜੋ ਜਗਬਾਣੀ ਟੀਵੀ ਦੇ ਉੱਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਇਕੱਲੇ ਇਕੱਲੇ ਇਤਿਹਾਸ ਦੇ ਨਾਲ ਜੋ ਅੱਜ ਤੁਹਾਨੂੰ ਜਾਣੂ ਵੀ ਕਰਾਇਆ ਤੇ ਦੂਸਰੀ ਤਰਫਾ ਅਗਰ ਗੱਲ ਕਰ ਲਈਏ ਜਿਹੜਾ ਕੱਲ੍ਹ ਦਾ ਸ਼ਹੀਦੀ ਦਿਹਾੜਾ ਵਾ ਜਗਬਾਣੀ ਟੀਵੀ ਦੇ ਉੱਤੇ ਸਾਰਾ ਜੋ ਆ ਲਾਈਵ ਜੋ ਆ ਤੁਹਾਨੂੰ ਜੋ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਜਗਬਾਣੀ ਟੀਵੀ ਲਈ ਅਕਸ਼ਿਆ ਸੁਨਾਖ ਅੰਮ੍ਰਿਤਸਰ।